ਪੰਜਾਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦੀਆਂ ਦਾ ਵਾਸੀ ਰਣਜੀਤ ਸਿੰਘ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਚੇਤਾਵਨੀ ਦੇਣ ਲੱਗਾ। ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਕਾਫ਼ੀ ਮੁਸ਼ਕਤ ਤੋਂ ਬਾਅਦ ਜਾ ਕੇ ਉਕਤ ਨੌਜਵਾਨ ਸਿਰ ਮੀਡੀਆ ਦੇ ਨਾਲ ਗੱਲਬਾਤ ਕਰਨ ਦੇ ਲਈ ਹੇਠਾਂ ਲਿਆਂਦਾ ਗਿਆ, ਜਿਸ ਤੋਂ ਬਾਅਦ ਜਾ ਕੇ ਪ੍ਰਸ਼ਾਸਨ ਅਤੇ ਅਧਿਕਾਰੀਆਂ ਨੂੰ ਸ਼ਾਂਤੀ ਮਿਲੀ। ਇਸ ਮੌਕੇ 'ਤੇ ਉਕਤ ਨੌਜਵਾਨ ਰਣਜੀਤ ਸਿੰਘ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਹਿਲਾਂ ਵੀ ਪ੍ਰਸ਼ਾਸਨ ਨੇ ਨਾਰਾ ਲਗਾ ਕੇ ਉਸ ਨੂੰ ਟੈਂਕੀ ਤੋਂ ਹੇਠਾਂ ਉਤਾਰ ਲਿਆ ਸੀ, ਪਰ ਉਸ ਦੀ ਮੰਗ ਨੂੰ ਪੂਰਾ ਨਹੀਂ ਕਰਵਾਇਆ ਗਿਆ ਸੀ, ਜਿਸ ਕਾਰਨ ਮਜਬੂਰ ਹੋ ਕੇ ਅੱਜ ਉਹ ਫਿਰ ਖੁਦਕੁਸ਼ੀ ਕਰਨ ਦੇ ਲਈ ਟੈਂਕੀ 'ਤੇ ਚੜ੍ਹਿਆ ਸੀ। ਉਸਨੇ ਕਿਹਾ ਕਿ ਉਸਦੀ ਪਤਨੀ ਅਤੇ ਸਹੁਰਾ ਪਰਿਵਾਰ ਉਸ ਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕਰ ਰਿਹਾ ਹੈ। 10 ਤਰੀਕ ਨੂੰ ਘਰਦਿਆਂ ਨੇ ਦੀ ਰਜਾਮੰਦੀ ਨਾਲ ਹੋਇਆ ਸੀ, ਠੀਕ ਹੈ ਜੀ। ਉਹ ਤੋਂ ਬਾਅਦ ਮੇਰੇ ਕੋਲ ਇਹ 2015 ਦੇ ਵਿੱਚ 10ਵੇਂ ਮਹੀਨੇ ਦੇ ਵਿੱਚ ਬਈ ਆਉਣ ਲੱਗ ਗਿਆ ਜੀ ਮੇਰੇ ਘਰਾਂ, ਠੀਕ ਹੈ। ਪਹਿਲਾਂ ਭਰਾ ਦੱਸਦੀ ਸੀ ਕਿ ਮੇਰਾ ਭਰਾ ਹੈ, ਠੀਕ ਹੈ ਜੀ। ਫਿਰ ਉਹ ਮਹਿੰਗੇ ਮਹਿੰਗੇ ਫਰਾਕ ਸੂਟ ਲੈ ਕੇ ਆਉਣ ਲੱਗ ਗਿਆ, ਫਰਾਕ ਸੂਟ ਲਿਆਉਣ ਲੱਗ ਗਿਆ। ਅਤੇ ਫਿਰ ਉਹ ਤੋਂ ਬਾਅਦ ਹੀ ਮੇਰੀ ਮਾਤਾ ਨਾਲ ਇਹ ਕਲੇਸ ਕਰਨ ਲੱਗ ਗਈ। ਮੈਂ ਕਿਹਾ ਮੈਂ ਇਹ ਤੇਰਾ ਕੋਈ ਜਾਤ ਭਾਈ ਨਹੀਂ ਹੈ, ਬਈ ਹੈ ਜਾਤ ਦਾ ਤੇਰਾ ਕੀ ਭਰਾ ਹੈ, ਬਈ ਇੱਦਾਂ ਚੰਗਾ ਨਹੀਂ ਲੱਗਦਾ, ਬਈ ਜੇ ਇਹਨੇ ਆਉਣਾ ਹੈ ਨਾਲ ਭਰਜਾਈ ਵੀ ਆਉਣੀ ਚਾਹੀਦੀ ਹੈ ਜੀ, ਠੀਕ ਹੈ। ਉਹ ਕਹਿੰਦੀ ਇਹ ਇੱਦਾਂ ਹੀ ਆਊਂਗਾ, ਇਕੱਲਾ ਹੀ ਆਊਂਗਾ, ਜੇ ਤੂੰ ਇਹਨੂੰ ਕਿਹਾ ਵੀ ਇਹ ਆਉਣਾ ਨਹੀਂ ਚਾਹੀਦਾ ਘਰਾਂ, ਤੇਰੇ ਪਰ ਦਾਜ ਅਤੇ ਕੁੱਟਮਾਰ ਦਾ ਕੇਸ ਪਾ ਦੂੰਗੀ, ਠੀਕ ਹੈ ਜੀ। ਮੈਂ ਇਹ ਗੱਲ ਦਾ ਵਿਰੋਧ ਕੀਤਾ, ਪਰ ਉਹਨੇ ਫਿਰ ਵੀ ਆਪਣਾ ਉਹ ਬੰਦੇ ਨੂੰ ਮੈਂ ਆਉਣ 'ਤੇ ਰੋਕਤਾ, ਕਹਿੰਦੀ ਮੈਂ ਪਰਚਾ ਝੂਠਾ ਕੇਸ ਪਾ ਦੂੰਗੀ, ਮੇਰੇ ਪਰ ਝੂਠਾ ਕੇਸ ਪਾਤਾ ਦਾਜ ਅਤੇ ਦਹੇਜ ਦਾ, ਠੀਕ ਹੈ ਨਾ ਜੀ। ਜਦਕਿ ਮੈਂ ਦਾਜ ਦਹੇਜ ਸਾਰਾ ਕੁਛ ਆਪ ਲੈ ਕੇ ਦਿੱਤਾ ਜੀ, ਅਤੇ ਮੇਰੇ ਭਰਾ ਨੂੰ ਵੀ ਕੁੱਟਿਆ। ਕੁੱਟਣ ਤੋਂ ਬਾਅਦ ਉਹਨਾਂ ਨੇ ਮੇਰਾ ਆਹ ਪੰਚਾਇਤੀ ਰਾਜੀਨਾਮਾ ਕਰਵਾਤਾ ਜੀ। ਮੈਂ ਉਹਨਾਂ ਨੂੰ ਸਾਰਾ ਕੁਛ ਦੱਸਿਆ ਜੀ, ਬਈ ਇੱਦਾਂ ਦਾ ਭਈਆ ਆ ਰਿਹਾ ਸੀ ਘਰਾਂ, ਕਦੇ ਫਰਾਕ ਸੂਟ ਮੈਂ ਉਹਨੂੰ ਕਿਹਾ ਸੀ ਬਈ ਇਹ ਘਰਾਂ ਨਹੀਂ ਆਉਣਾ ਚਾਹੀਦਾ, ਠੀਕ ਹੈ। ਉਹ ਕਹਿੰਦੀ ਕਹਿੰਦੀ ਜੇ ਇਹ ਘਰ ਆਊਂਗਾ ਮੈਂ ਤੇਰੇ ਤਾਂ ਰਹੂੰਗੀ, ਜੇ ਇਹ ਘਰਾਂ ਨਹੀਂ ਆਊਂਗਾ ਮੈਂ ਤੇਰੇ 'ਤੇ ਦਾਜ 'ਤੇ ਕੁੱਟਮਾਰ ਦਾ ਝੂਠਾ ਕੇਸ ਪਾ ਦੂੰਗੀ। ਉਹਨੇ ਮੇਰੇ ਪਰ ਝੂਠਾ ਕੇਸ ਵੀ ਪਾਤਾ। ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਟੈਂਪੂ ਵੀ ਬਕਵਾਤਾ, ਮੇਰਾ ਪਲਾਟ ਵੀ ਬਕਵਾਤਾ, ਮੇਰੇ ਕੋਲ ਸਾਰੇ ਪਰੂਫ ਦਿਖਾ ਰਹੇ ਹਾਂ ਜੀ। ਮੈਂ ਉੱਧਰ ਨਾਲ ਆ ਤੇਰੀ ਵੀ ਨਾਲ ਫੋਟੋ ਕਰ, ਨਾ ਨਾ ਕੋਈ ਗੱਲ ਨਹੀਂ। ਆਹ ਦੇਖੋ ਜਿਹੜੀ 26 ਤਰੀਕ ਨੂੰ ਦਿਖਾ, ਆਹ ਪੈਂਡਿੰਗ 'ਚ ਰੱਖੀ ਹੋਈ ਦਰਖਾਸਤ, ਦਰਖਾਸਤ ਪੈਂਡਿੰਗ ਦੇ ਵਿੱਚ ਰੱਖੀ। ਇੰਨੀ ਗੱਲ ਮੈਂ ਲਿਆਉਣਾ ਚਾਹੁੰਦਾ ਸੀ ਜੀ, ਹਾਂ। ਕੋਰਟ ਕੇਸ ਵੀ ਪਾਇਆ ਜੀ, ਕੋਰਟ ਕੇਸ ਤੋਂ ਬਾਅਦ ਇਹਨਾਂ ਨੇ ਆਹ ਧੱਕੇ 'ਤੇ ਮੇਰਾ ਜਗਦੂਰ ਸਿੰਘ ਸਰਪੰਚ ਨੇ ਰਾਜੀਨਾਮਾ ਕਰਵਾ ਕੇ ਅਸਟਾਮ ਮੈਨੂੰ ਦੇਤਾ, ਠੀਕ ਹੈ ਜੀ। ਫਿਰ ਮੇਰੇ ਘਰ ਤੋਂ ਸਮਾਨ ਵੀ ਚੱਕ ਲੈ ਗਿਆ, ਕੋਈ ਜੀ ਮੈਂ ਉਹਨੂੰ ਕੋਈ ਛੱਡਿਆ ਨਹੀਂ ਹੈਗਾ। ਬਈਏ ਦਾ ਵਿੱਚ ਰੋਲ ਸੀ, ਉਹ ਕਹਿੰਦੀ ਬਈਆ ਆਉਣਾ ਚਾਹੀਦਾ ਘਰਾਂ, ਬਈ ਜੇ ਇਹ ਘਰਾਂ ਨਹੀਂ ਆਊਂਗਾ ਮੈਂ ਤੇਰੇ ਰਹਿਣਾ। ਇਹ ਹੈ ਜੀ ਜਿਹੜਾ ਮੇਰੇ ਮਾਤਾ ਨੂੰ ਵੀ ਮੇਰੇ ਭਰਾ ਨੂੰ ਵੀ ਥਾਣੇਦਾਰ ਨੇ ਕੁੱਟਿਆ, ਅਤੇ ਜਗਰੂਪ ਸਿੰਘ ਸਰਪੰਚ ਨੇ ਧੱਕੇ 'ਤੇ ਮੇਰਾ ਫੈਸਲਾ ਕਰਵਾਇਆ ਕੋਰ ਦੀ ਤਰੀਕ ਤੋਂ ਬਾਅਦ, ਅਤੇ ਮੇਰੇ ਗਹਿਣੇ ਮੇਰਾ ਪੈਸਾ ਮੇਰੇ ਕੋਲ ਸਾਰੇ ਪਰੂਫ ਨੇ ਜੀ। ਉਹ ਚੱਕ ਕੇ ਲੈ ਗਏ, 10.5 ਲੱਖ ਦਾ ਪਲਾਟ ਵਿਕਾ ਗਈ, ਕਦੇ 2 ਲੱਖ ਰੁਪਇਆ ਲੈਂਦੀ ਸੀ, ਮੇਰੇ ਕੋਲ ਉਹਦੇ ਸਾਰੇ ਪਰੂਫ ਆ 2016 'ਚ। ਜਦਕਿ ਉਹ ਕਹਿੰਦੀ ਉਹਨੇ ਮੇਰੇ ਪਰ ਕੇਸ ਪਾਇਆ ਦਾਜ 'ਤੇ ਦਹੇਜ ਦਾ, ਵਿਆਹ ਦਾ ਸਾਰੇ ਪਰੂਫ ਚੱਕ ਲੈ ਗਿਆ ਜੀ। ਇਹ ਜੋ ਰਿਕਾਰਡਿੰਗਾਂ ਨੇ ਉਹ ਜਿਹੜੀਆਂ ਡੇਟ ਦਿੱਤੀ ਹੋਈ ਆ DSP ਹੈੱਡਕੁਆਟਰ ਦੇ, ਜੋ ਸਜ਼ਾ ਦਊਂਗੇ ਮੈਨੂੰ ਮੰਜ਼ੂਰ ਹੋਊਗੀ। ਤੋ ਵੀ ਮੇਰਾ ਕਸੂਰ ਕੀ ਆ, ਮੈਂ ਹੋਸਪਿਟਲ ਦੇ ਵਿੱਚ ਸੀ, ਘਰ ਵਾਲੀ 26 ਤਰੀਕ ਨੂੰ ਦਰਖਾਸਤ ਦੇ ਰਹੀ ਆ, 2016 'ਚ 8ਵੇਂ ਮਹੀਨੇ ਦੀ 26 ਤਰੀਕ ਨੂੰ ਦਰਖਾਸਤ ਦੇ ਰਹੀ ਆ, ਉਹਦੇ ਪਰ ਕਾਰਵਾਈ ਹੋ ਰਹੀ ਆ। ਇਸ ਸਬੰਧੀ DSP ਵਰਿੰਦਰਜੀਤ ਸਿੰਘ ਥਿੰਦ ਨੇ ਕਿਹਾ ਕਿ ਉਕਤ ਨੌਜਵਾਨ ਦਾ ਪਤਨੀ ਦੇ ਨਾਲ ਝਗੜਾ ਚੱਲ ਰਿਹਾ ਅਤੇ ਕੇਸ ਮਾਨੇ ਉਹ ਕੋਰਟ ਦੇ ਵਿੱਚ ਚੱਲ ਰਿਹਾ, ਜਦੋਂ ਤੱਕ ਅਦਾਲਤ ਵੱਲੋਂ ਕੋਈ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਪੁਲਿਸ ਕੁਝ ਨਹੀਂ ਕਰ ਸਕਦੀ। ਫਤਿਹਗੜ੍ਹ ਸਾਹਿਬ ਤੋਂ ਹਰਵਿੰਦਰ ਸਿੰਘ ਮੰਗਾ, ਅਜਾਦ TV ਨਿਊਜ਼। ਇਹ ਪਹਿਲਾਂ ਵੀ ਅਸੀਂ ਇਹਨੂੰ ਉਤਾਰਿਆ ਸੀ 1 ਮਹੀਨਾ ਪਹਿਲਾਂ ਕੋਈ, ਅਤੇ ਹੁਣ ਦੁਬਾਰਾ ਫਿਰ ਇਹ, ਹਾਲਾਂਕਿ ਇਹਦੀ ਪ੍ਰੋਪਰ ਸੁਣਵਾਈ ਹੋ ਰਹੀ ਹੈ ਸਾਰੇ ਮਹਿਕਮੇ ਦੇ ਵਿੱਚ। ਜਿਹੜਾ ਗਲੀ ਦਾ ਇਹਦਾ ਇਸ਼ੂ ਸੀਗਾ ਉਹ ਵੀ ਸੋਲਵ ਹੋ ਚੁੱਕਾ ਹੈ। ਬਾਕੀ ਇਹਦਾ ਕੋਈ ਆਪਦੀ ਵਾਈਫ ਦੇ ਨਾਲ ਮੈਟਰੀਮੋਨੀਅਲ ਡਿਸਪਿਊਟ ਹੈ ਅਤੇ ਉਹ ਕੇਸ ਪੈਂਡਿੰਗ ਹੈ ਮਾਨਯੋਗ ਅਦਾਲਤ ਦੇ ਵਿੱਚ।
ਹੁਣ ਜੋ ਅਦਾਲਤ ਦਾ ਫੈਸਲਾ ਹੋਊਗਾ ਤਾਂ ਇਹਨੂੰ ਮੰਨਣਾ ਹੋਊਗਾ ਅਤੇ ਉਹਦੇ ਲਈ ਵੇਟ ਵੀ ਕਰਨਾ ਪਊਗਾ। ਹੁਣ ਇਹ ਵਾਰ ਵਾਰ ਪ੍ਰਸ਼ਾਸਨ ਨੂੰ ਥ੍ਰੈਟ ਕਰਦਾ ਹੈ, ਚੜ੍ਹਦਾ ਹੈ, ਸੋ ਅੱਜ ਫਿਰ ਇਹਨੂੰ ਲਾਇਆ ਗਿਆ ਪਬਲਿਕ ਦੀ ਮਦਦ ਦੇ ਨਾਲ, ਇਹਨੂੰ ਫਿਰ ਨੀਚੇ ਅੱਜ ਉਤਾਰਿਆ ਗਿਆ। ਐਕਸ਼ਨ ਤਾਂ ਜੀ ਡੈਫੀਨੇਟਲੀ, ਕਿਉਂਕਿ ਹੁਣ ਇਹ ਵਾਰ ਵਾਰ, ਹਾਂਜੀ ਪਿਛਲੀ ਵਾਰ ਵੀ ਇਹਨੂੰ ਵਾਰਨਿੰਗ ਦੇ ਕੇ ਛੱਡਿਆ ਸੀਗਾ, ਔਰ ਇਸ ਵਾਰ ਤਾਂ ਐਕਸ਼ਨ ਡੈਫੀਨੇਟਲੀ ਇਹਦੇ ਅਗੇਂਸਟ।